ਗੁਆਂਢੀ ਦੇਸ਼ ਪਾਕਿਸਤਾਨ ਅਤੇ ਨੇਪਾਲ ਨੂੰ ਬਿਜਲੀ ਵੇਚਣ ਦੇ ਮਸਲੇ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ। ਇਸ ਮਸਲੇ ਤੇ PSPCL ਦੇ ਚੇਅਰਮੈਨ ਵੇਨੂ ਪ੍ਰਚਾਰ ਨੇ ਦੱਸਿਆ ਕਿ ਪੰਜਾਬ ਕੋਲ ਇਸ ਮੌਕੇ ਤਕਰੀਬਨ 1000 ਯੂਨਿਟ ਉਪਲਬਧ ਨੇ ਜਿਸ ਨੂੰ ਉਹ ਨਿਰੰਤਰ ਸਪਲਾਈ ਕਰ ਸਕਦਾ ਹੈ। ਉਹਨੇ ਕਿਹਾ ਕਿ ਗੋਇੰਦਵਾਲ ਸਾਹਿਬ ਵਿਚਲਾ ਪਲਾਂਟ 540 ਯੂਨਿਟ ਦਾ ਹੈ ਜਿਸ ਤੋਂ ਲਾਹੌਰ ਦੀ ਦੂਰੀ ਵੀ ਜ਼ਿਆਦਾ ਨਹੀਂ ਹੈ ਤੇ ਜੇਕਰ ਸਰਕਾਰ ਚਾਹੇ ਤਾਂ ਇੱਥੋਂ ਬਿਜਲੀ ਪਾਕਿਸਤਾਨ ਲਈ ਭੇਜੀ ਜਾ ਸਕਦੀ ਹੈ। हमने अवेलेबिलिटी शो किया था 1000 मेगावाट का कंटिन्यूसली पावर दे सकते हैं कोई खास करके पाकिस्तान, क्योंकि हमारा गोइंदवाल साहब नज़दीक है 540 मेगावाट का GVK का यूनिट है। उतना लाहौर मेरे ख्याल से 60 किलोमीटर भी नहीं है, सो वी कैन इजीली प्रोवाइड कंटिन्यूस पावर सप्लाई टू। माध्यम मतलब है आजकल तो ग्रिड पूरा इंटरकनेक्टेड है, अब तो वन नेशन वन ग्रिड वन रेट तक गल कर रहे हैं, सो कहाँ से भी कहाँ भी पंजाब से बाहर भी कहाँ भी एक्सपोर्ट।